ਛੱਤ ਪਿੱਲਰ ਤੇ ਗਰੰਟੀ ਨਾਲ ਜਾਣ ਬੰਦੇ ਨਾ, ਸਾਈਡਾਂ ਚੋਂ ਫੀਸ ਨਿਕਲ ਆਉਣੇ ਠੀਕ ਹੈ। ਲੇਕਿਨ ਮੈਂ ਆਵਾਜ਼ ਖੋਲੀ ਦੇਣਾ, ਹੁਣ ਤੁਸੀਂ ਦੱਸੋ ਵੀ ਦੇਣੀ ਹੈ ਕਿ ਨਹੀਂ। ਰੇਟ ਬਹੁਤ ਚੰਗਾ, ਰੇਟ ਬੜਾ, ਭਾਵੇਂ 45 ਦਿਨ ਨੂੰ ਕੋਈ ਥੋੜਾ ਅਰਸਾ ਹੋਰ ਡੱਕੀ ਰੱਖੋ, ਇਹ ਨਹੀਂ ਵਿਕਣਾ। 100 ਬੰਦਾ ਖੜਾ, ਥੱਲੇ ਜਾਣੀ ਉੱਤੇ ਨਹੀਂ ਜਾਣੀ, ਇਹਦਾ ਬੁਰਾ ਲੱਗ ਗਿਆ। ਇਹਦਾ 45 ਨਹੀਂ ਨਹੀਂ ਬੋਸ, ਮੈਨੂੰ ਪਤਾ ਨਹੀਂ ਜਾਣੀ, ਕਮਿਸ਼ਨ ਵੀ ਤਾਂ ਬਾਜਦੀ ਪਈ ਨਾ। ਹੁਣ ਆਕਸ਼ਨ ਚ ਆ ਗਈ, 13,000 ਲੱਗਣਾ, ਅੱਗੇ 1% 50,000 ਲੱਗਣਾ। ਸਵੇਰੇ ਜੇ ਉੱਥੇ ਵਿਕਦੀ ਨਾ ਉੱਥੇ, ਤੇ 50 ਤੈਨੂੰ ਠੁਕਣਾ ਸੀ, 50 ਮੈਨੂੰ ਠੁਕਣਾ ਸੀ, ਹੁਣ ਦਾ ਦਾ ਠੁਕਣਾ ਹੈ, ਫਾਇਦਾ ਹੋ ਜਾਣਾ ਤੁਹਾਡਾ, ਹੁਣ ਤੁਹਾਡਾ ਫਾਇਦਾ। ਉੱਥੇ ਸਾਈਆਂ 1% ਲੈਣੀ ਸੀ, ਇੱਥੇ ਹੁਣ 10,000 ਦੇਣਾ ਪੈਣਾ ਦਾ। ਅਗਲਾ ਲਾ ਯਾਰ, ਚਲੋ ਕੋਈ ਨਹੀਂ। ਇਹ ਕਿਹੜਾ ਮਾਡਲ ਸਰ? 8 ਮਾਡਲ, ਠੀਕ ਹੋ ਗਿਆ। ਪੈਸੇ ਕਿੰਨੇ? ਸਹੀ ਰੇਟ ਲਾਇਆ ਯਾਰ, 10,00,000 ਰੁਪਇਆ ਡਿਮਾਂਡ ਲਾਓ। ਪੈਸੇ ਬਿਸਮਿਲਾ ਕਰ, 5,00,000 ਰੁਪਇਆ, 7,00,000 ਰੁਪਇਆ, 7,00,000 ਰੁਪਇਆ ਹੋ ਗਿਆ। 7,00,000 ਰੁਪਏ ਦਾ ਬਤਾ ਜੀ, 7,00,000 ਰੁਪਇਆ, 7,10,000 ਰੁਪਇਆ ਹੋ ਗਿਆ ਜੀ, 7,10,000। ਹੌਦਾ ਗੱਡੀ ਦਾ ਬਹੁਤ ਸੋਹਣਾ, ਇੰਜਨ ਮਕੈਨਿਕਲ ਕੈਸੇ, 7,15,000 ਹੋ ਗਿਆ ਤਫੈਲ ਸਾਹਿਬ ਦਾ ਜੀ, 7,20,000 ਰੁਪਇਆ ਹੋ ਗਿਆ ਜੀ, 7,50,000 ਰੁਪਇਆ, 7,30,000 ਰੁਪਇਆ ਜੀ, 7,30,000 ਜੀ ਦੇਣੀ ਬਹੁਤ, 7,30,000 ਜੀ, 7,30,000 ਤੋਂ ਵਧੋ ਸਰ, 7,50,000 ਰੁਪਇਆ, 7,50,000 ਹੋ ਗਿਆ ਜੀ, 7,50,000 ਰੁਪਇਆ, 7,50,000 ਚੌਥੀ ਮਗਰ ਮੰਦਿਰ।